ਇਹ ਤਸਵੀਰਾਂ ਲੁਧਿਆਣਾ ਦੇ ਦਾਖਾ ਹਲਕੇ ਦੇ ਪਿੰਡ ਗੁੱਜਰਵਾਲ ਦੀਆਂ ਨੇ ਜੋ ਇਸ ਵੇਲੇ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਨੇ। ਕਾਰਨ ਬਣੇ ਨੇ ਗੁਰਦਾਸਪੁਰ ਤੋਂ ਕਾਂਗਰਸ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਹਾੜਾ, ਜੋ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੇ ਹੱਕ 'ਚ ਹਲਕੇ 'ਚ ਚੋਣ ਪ੍ਰਚਾਰ ਕਰਨ ਆਏ ਨੇ। ਪ੍ਰਚਾਰ ਦੌਰਾਨ ਵਿਧਾਇਕ ਬਰਿੰਦਰਮੀਤ ਸਿੰਘ ਪਹਾੜਾ ਨੇ ਕਈ ਅਫਸਰਾਂ ਨੂੰ ਧਮਕੀਆਂ ਦਿੱਤੀਆਂ ਅਤੇ ਕਿਹਾ ਕਿ ਜੇਕਰ ਕੋਈ ਮੇਰੇ ਵਰਕਰ ਨੂੰ ਅੱਖ ਕੱਢ ਕੇ ਦੇਖੇਗਾ ਤਾਂ ਮੈਂ ਉਸਦੀ ਅੱਖ ਕੱਢ ਦੇਵਾਂਗਾ। ਫਤਿਹ ਬੁਲਾਉਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਧੂ ਸਾਹਿਬ, ਤੁਸੀਂ ਮੈਨੂੰ ਅਕਸਰ ਇਹ ਗੱਲ ਕਹਿੰਦੇ ਹੋ, ਪਾੜਾ ਤੋਂ ਗਰਮ ਬੜਾ ਚੱਲਦਾ, ਪਰ ਮੈਂ ਤੁਹਾਡੇ ਤੋਂ ਆਗਿਆ ਲੈਣ ਲੱਗਿਆ, ਜਿੱਥੇ ਗਰਮ ਹੋਣਾ ਪੈਂਦਾ ਉੱਥੇ ਹੋਣਾ, ਜਿੱਥੇ ਮੇਰੇ ਵਰਕਰ ਨੂੰ, ਇਹ ਮੇਰੇ ਵਰਕਰ ਨੇ ਜਿੱਥੇ ਤੁਸੀਂ ਮੇਰੀ ਡਿਊਟੀ ਲਾ ਤੀ ਚਾਰ ਪਿੰਡਾਂ 'ਚ, ਤੇ ਜੇ ਮੇਰੇ ਵਰਕਰ ਵੱਲ ਕੋਈ ਅੱਖ ਪੱਟ ਕੇ ਦੇਖੇਗਾ ਤੇ ਮੈਂ ਅੱਖ ਕੱਢ ਦੂੰਗਾ। ਮੈਂ ਬੜਾ ਪੰਦਰਾ ਹੈ, ਮੈਂ ਇੱਥੋਂ ਓਪਨ ਚੈਲੰਜ ਕਰਦਾ ਸਟੇਜ ਤੋਂ। ਮੈਨੂੰ ਪਤਾ ਲੱਗਿਆ ਕਿ ਕੱਲ ਕਿਸੇ ਨੇ ਕਾਂਗਰਸ ਪਾਰਟੀ ਦਾ ਕੈਪਟਨ ਸੰਦੀਪ ਸੰਧੂ ਜੀ ਦਾ ਕਿਸੇ ਦੁਕਾਨ ਤੇ ਬੋਰਡ ਲੱਗਾ ਸੀ, ਕਿਸੇ ਅਕਾਲੀਆਂ ਨੇ ਪਾ ਰਿਹਾ, ਤੁਹਾਡੇ ਪਿੰਡ 'ਚ ਬਰਿੰਦਰਮੀਤ ਸਿੰਘ ਪਾੜਾ ਨਹੀਂ, ਮੇਰੇ ਇੱਥੇ ਸਾਥੀ ਖੜੇ ਨੇ, ਆ ਸੋਨੂੰ ਬਾਜਵਾ ਇੱਥੇ ਚੇਅਰਮੈਨ ਬੈਠਾ ਮੇਰਾ ਬਲਾਕ ਸਮਤੀ ਪਾੜਾ, ਅਜੇ ਬੜੀ ਦੂਰ ਦੀ ਗੱਲ ਆ, ਪਾੜੇ ਦੇ ਹੱਥ ਪਹੁੰਚਦਿਆਂ ਤੁਹਾਡਾ ਟਾਈਮ ਲੱਗਣਾ, ਜਿੰਨੇ ਦਿਨ ਇਲੈਕਸ਼ਨ ਹੈ, ਸੋਨੂੰ ਬਾਜਵਾ ਤੇ ਮੇਰੀ ਟੀਮ ਬੈਠੀ ਆ, ਜੇ ਕਿਤੇ ਯੁੱਧ ਹੈ ਅੱਜ ਬੋਰਡ ਲਾ ਕੇ ਉਹਨਾਂ ਪੱਟ ਕੇ ਦਿਖਾਏ ਆ, ਹਰਿਆਲੀ ਨੂੰ ਆ ਕੇ ਪੱਟੇ ਆ ਪਾਣ ਕੇ। ਇਸ ਮੌਕੇ ਉਹਨਾਂ ਕਈ ਅਫਸਰਾਂ ਦੇ ਨਾਮ ਲੈ ਕੇ ਇਲਜ਼ਾਮ ਲਗਾਏ ਕਿ ਅਫਸਰ ਅਕਾਲੀਆਂ ਨੂੰ ਵੋਟਾਂ ਪਾਉਣ ਲਈ ਲੋਕਾਂ ਨੂੰ ਧਮਕਾ ਰਹੇ ਨੇ। ਮੈਂ ਦੇਖਦਾ ਸੀ, ਮੈਨੂੰ ਕਹਿੰਦੇ ਜੀ ਇੱਥੇ ਬੜਾ ਬੜਾ ਡਰ ਪੈ, ਕਿਸੇ ਕੁੰਡੀਆਂ ਮੁੱਛਾਂ ਵਾਲੇ ਦਾ ਕੋਈ ਡਰ ਪੈ, ਮੇਰੇ ਵੀ ਗੁਰਦਾਸਪੁਰ ਕੁੰਡੀਆਂ ਮੁੱਛਾਂ ਵਾਲਾ ਹੈਗਾ, ਲੋਕਾਂ ਨੇ 30,000 ਨਾਲ ਮੈਨੂੰ ਜਿਤਾ ਕੇ ਵੇਲੇ ਭੇਜਿਆ, ਕੋਈ ਡਰਿਆ ਨਹੀਂ, 10 ਸਾਲ ਬੜੇ ਪਰਚੇ ਬੜੇ ਤਸ਼ੱਦਦ ਕੀਤੇ, ਤੇ ਜਿੱਦਣ ਮੈਨੂੰ ਪਾਰਟੀ ਨੇ ਟਿਕਟ ਦਿੱਤੀ ਕਹਿੰਦਾ 35 ਸਾਲ ਦਾ ਮੁੰਡਾ ਤੇ ਮੇਰਾ ਇੰਨਾ ਤਜਰਬਾ, ਮੈਂ ਕਿਹਾ ਕੋਈ ਗੱਲ ਨੀ ਕਾਕਾ, ਹਾਲਾਂ ਦੇ ਵੋਟਾਂ ਦੀ ਗਿਣਤੀ, ਲੋਕਾਂ ਨੇ ਜਿਸ ਦਿਨ ਵੋਟਾਂ ਪੈਣੀਆਂ ਸੀ ਬਟਨ ਘਸਾ ਤੇ ਮਸ਼ੀਨਾਂ ਦੇ ਪੰਜੇ ਵਾਲੇ, ਉਦਣ ਹੀ ਰਿਜ਼ਲਟ ਪਤਾ ਲੱਗ ਗਿਆ ਕਿ ਬਟਨ ਘਸ ਗਿਆ ਪੰਜੇ ਵਾਲਾ, ਗਿਣਤੀ ਦੀ ਲੋੜ ਨਹੀਂ। ਔਰ ਤੁਹਾਨੂੰ ਵੀ ਬੇਨਤੀ ਕਰਦਾ, ਅਸੀਂ 24 ਤਰੀਕ ਨੀ ਡੀਕਣੀ, 21 ਤਰੀਕ ਨੂੰ ਮਸ਼ੀਨ ਦੀਆਂ ਐਸੀਆਂ ਚੀਕਾਂ ਕਢਾ ਦਿਓ ਕਿ ਇਹ ਜਿੰਨੇ ਕੁੰਡੀਆਂ ਮੁੱਛਾਂ ਵਾਲੇ ਅਕਾਲੀ ਦਲ ਵਾਲੇ ਆ, ਰਾਤ ਸੁੱਤੇ ਨਾ ਉੱਠਣ, ਇਹਨਾਂ ਦੀਆਂ ਪਤਾ ਲੱਗ ਜਾਏ ਕਿ ਪੰਜੇ ਵਾਲਾ ਬਟਨ ਘਸ ਗਿਆ ਤੇ 24 ਨੂੰ ਹਾਰ ਸੰਧੂ ਕੈਪਟਨ ਸੰਦੀਪ ਸੰਧੂ ਨੂੰ ਪੈਣੀ। ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਵਿਰੋਧੀਆਂ ਨੂੰ ਬੈਠੇ ਬਿਠਾਏ ਸੱਤਾਧਾਰੀ ਕਾਂਗਰਸ ਖਿਲਾਫ਼ ਇੱਕ ਨਵਾਂ ਮੁੱਦਾ ਮਿਲ ਗਿਆ। ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।